ਹਾਂਜੀ ਦੋਸਤੋ, ਸਵਾਗਤ ਹੈ ਸਾਡੇ ਚੈਨਲ ਤੇ। ਇਸ ਦੁਨੀਆ ਵਿੱਚ ਕਈ ਲੋਕ ਅਜਿਹੇ ਹੁੰਦੇ ਨੇ ਜੋ ਕਿ ਸਰੀਰਕ ਪੱਖੋਂ ਸੰਪੂਰਨ ਹੋਣ ਅਤੇ ਕੋਈ ਵੀ ਘਾਟ ਨਾ ਹੋਣ ਤੇ ਵੀ ਆਪਣੇ ਆਪ ਵਿੱਚ ਕੋਈ ਨਾ ਕੋਈ ਨੁਕਸ਼ ਜ਼ਰੂਰ ਕੱਢਦੇ ਨੇ। ਪਰ ਹੁਣ ਸੋਸ਼ਲ ਮੀਡੀਆ ਤੇ ਇੱਕ ਨੌਜਵਾਨ ਦੀ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ, ਜਿਸ ਨੂੰ ਬਚਪਨ ਤੋਂ ਹੀ ਦਿਖਾਈ ਨਹੀਂ ਦਿੰਦਾ। ਪੜ ਸਕਾਂ ਗੁਰਬਾਣੀ ਮੇਰੇ ਕਰਮਾਂ ਚ ਕਿੱਥੇ, ਕੰਧਾਂ ਫੜ ਫੜ ਜਾਵਾਂ ਮੈਂ ਜਾਵਾਂ ਜਿੱਥੇ ਜਿੱਥੇ, ਪੁਰਾਣੀ ਤੇ ਗ੍ਰੰਥਾਂ ਦੇ ਮੈਂ ਅੰਗ ਵੀ ਨੀ ਦੇਖੇ, ਕਿੰਨੇ ਤਰ੍ਹਾਂ ਦੇ ਨੇ ਹੁੰਦੇ ਮੈਂ ਤਾਂ ਰੰਗ ਵੀ ਨੀ ਦੇਖੇ, ਤਾਂ ਧੁੱਪ ਵੀ ਨੀ ਦੇਖੀ ਤੇ ਮੈਂ ਸ਼ਾਮ ਵੀ ਨੀ ਦੇਖੀ, ਉਹ ਬਰਿੰਦਰ ਸਿਆਂ ਮੈਂ ਤਾਂ ਮੇਰੀ ਮਾਂ ਵੀ ਨੀ ਦੇਖੀ, ਉਹ ਬਰਿੰਦਰ ਸਿਆਂ ਮੇਰੀ ਮਾਂ ਵੀ ਨਹੀਂ ਦੇਖੀ। ਤੋ ਸ਼ਰਮ ਆਉਣੀ ਚਾਹੀਦੀ ਹੈ ਅਜਿਹੇ ਲੋਕਾਂ ਨੂੰ ਜੋ ਕਿ ਆਪਣੇ ਸਰੀਰਕ ਪੱਖੋਂ ਸੰਪੂਰਨ ਹੋਣ ਤੇ ਵੀ ਆਪਣੇ ਆਪ ਵਿੱਚ ਨੁਕਸ਼ ਲੱਭਦੇ ਨੇ, ਕਿਉਂਕਿ ਜਿਨ੍ਹਾਂ ਨੂੰ ਸਰੀਰਕ ਪੱਖੋਂ ਕੋਈ ਘਾਟ ਹੁੰਦੀ ਹੈ ਉਹਨਾਂ ਦੇ ਦੁੱਖ ਅਤੇ ਤਕਲੀਫਾਂ ਸਿਰਫ ਉਹੀ ਜਾਣਦੇ ਨੇ। ਸੋ ਇਸ ਨੌਜਵਾਨ ਲਈ ਕਮੈਂਟਾਂ ਵਿੱਚ ਵਾਹਿਗੁਰੂ ਲਿਖ ਕੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ।